ਸਭ ਤੋਂ ਪਹਿਲੇ ਮੇਰਾ ਨਾਮ ਹਰਿੰਦਰ ਸਿੰਘ, ਅਸੀਂ ਲਿਨਫੋਕਸ ਹਿੰਦੁਸਤਾਨ ਯੂਨੀਲੀਵਰ ਡਿਪੂ ਖੰਨਾ ਮੋਹਨਪੁਰ ਦੇ ਵਿੱਚ ਆ ਜਿਹੜਾ ਉੱਥੇ ਕੰਮ ਕਰਦੇ ਹਾਂ। ਸਾਡੇ ਨਾਲ ਯਾਤਰੀ ਹੋ ਰਹੀ ਆ, ਧੱਕਾ ਹੋ ਰਿਹਾ ਜੀ। ਹਰੇਕ ਵਾਰ ਇਹ ਸਾਨੂੰ ਲਾਰਾ ਲਾਉਂਦੇ ਨੇ, ਕਹਿੰਦੇ ਤੁਹਾਡੀ ਸੈਲਰੀ ਨਹੀਂ ਵਧਾਉਣੀ, ਐਂ ਨਹੀਂ ਕਰਨੀ, ਵਾਹ ਨਹੀਂ ਕਰਨੀ, ਸਾਨੂੰ ਧਮਕੀਆਂ ਦਿੰਦੇ ਨੇ, ਕਹਿੰਦੇ ਤੁਹਾਡੇ ਉੱਤੇ ਕੇਸ ਪਾਇਆ ਜਾਊਗਾ। ਇੱਥੇ ਬਿਨਾਂ ਗੱਲ ਤੋਂ ਸਾਡੇ 'ਤੇ ਪੁਲਿਸ ਲੈ ਕੇ ਆਏ ਨੇ, ਪੁਲਿਸ ਨੂੰ ਛਕਾ ਦਾਂਗੇ, ਸਾਡੇ 'ਤੇ ਪੁਲਿਸ ਲੈ ਕੇ ਆਏ ਨੇ ਜੀ। ਪਹਿਲਾਂ ਐਂ ਦੱਸੋ, ਸ਼ਾਂਤੀਪੂਰਵਕ ਅਸੀਂ ਧਰਨਾ ਲਾਇਆ, ਅਸੀਂ ਆਰਾਮ ਨਾਲ ਬੈਠੇ ਆ, ਅਸੀਂ ਤਿੰਨ ਬੰਦਿਆਂ ਨਾਲ ਗੱਲ ਕੀਤੀ ਆ ਵੀ ਸਾਡੀ ਸੈਲਰੀ ਵਧਾ ਦਿਓ ਜੀ, ਸਾਰੇ ਬੰਦੇ ਕੰਮ ਕਰਨਗੇ। ਮੇਨ ਮਕਸਦ ਆ ਜੀ ਕੰਮ ਦਾ ਰੁਕਣ ਦਾ, ਅਸੀਂ ਕੋਈ ਵੀ ਕੰਮ ਨਹੀਂ ਰੋਕਿਆ ਹੈਗਾ। ਅਸੀਂ 3 ਮਹੀਨੇ ਪਹਿਲਾਂ ਹੀ ਇਹਨਾਂ ਨੂੰ ਅਲਰਟ ਕਰ ਦਿੱਤਾ ਸੀਗਾ ਵੀ ਅਸੀਂ ਇੰਨੀ ਸੈਲਰੀ ਚਾਹੁੰਦੇ ਹਾਂ, ਬਟ ਇੰਨੀ ਨਜਾਇਜ਼ ਨਹੀਂ ਗੀ, ਅਸੀਂ ਜਾਇਜ਼ ਮੰਗ ਰੱਖੀ ਸੀਗੀ, ਕਿਉਂਕਿ ਸਾਡੇ 'ਤੇ ਪ੍ਰੈਸ਼ਰ ਪਾਇਆ ਜਾ ਰਿਹਾ ਆਹ ਕੰਮ ਹੁਣੇ ਕਰੋ। 3-3 ਦਿਨਾਂ ਦਾ ਕੰਮ ਸਾਡੇ 'ਤੇ ਪ੍ਰੈਸ਼ਰ ਪਾਇਆ ਜਾ ਰਿਹਾ ਜੀ। 8 ਘੰਟੇ ਡਿਊਟੀ ਦੇ ਵਿੱਚ ਸਾਤੋਂ 12-12, 10-10 ਘੰਟੇ ਬੰਦਿਆਂ ਤੋਂ ਲਵਾ ਰਹੇ ਨੇ, 14-14 ਘੰਟੇ, 12-12 ਘੰਟੇ ਡਬਲ ਸ਼ਿਫਟਾਂ ਲਵਾ ਰਹੇ ਨੇ ਜੀ। ਕੋਈ ਛੁੱਟੀ ਨਹੀਂ ਦੇ ਰਿਹਾ, ਸੈਲਰੀ ਦੇ ਰਿਹਾ 10+ ਦੇ ਰਿਹਾ ਸਾਰਿਆਂ ਨੂੰ, 10+ ਦੇ ਰਿਹਾ, ਬਟ ਕਿਸੇ ਬੰਦੇ ਦੀ ਸੈਲਰੀ ਵੱਧ ਹੈ ਜੀ 4,000, ਕਿਸੇ ਦੀ 5,000। ਸਾਡੇ ਵਰਗੇ ਬੰਦੇ, ਜਿਹੜੇ ਬੰਦੇ ਸਹੀ ਕੰਮ ਕਰਦੇ ਆ ਉਹਨਾਂ ਨੂੰ ਸੈਲਰੀ ਦਿੰਦੇ ਨੇ 1,000 ਰੁਪਇਆ ਪਲੱਸ ਹਰੇਕ ਵਾਰ ਦੀ, ਜੋ ਕਿ ਸਾਡੇ ਨਾਲ ਬਹੁਤ ਧੱਕਾ ਹੋ ਰਿਹਾ। ਉੱਪਰ ਜੀ ਸਾਨੂੰ ਸਾਡੇ 'ਤੇ ਪੁਲਿਸ ਲੈ ਕੇ ਆਏ ਨੇ, ASI ਆਇਆ ਨਾਲ, ਪਤਾ ਨਹੀਂ ਨਾਮ ਕੀ ਆ ਉਹਨਾਂ ਦਾ, ਉਹ ਕਹਿੰਦੇ ਤੁਹਾਡੇ 'ਤੇ ਐਂ ਕਰ ਦਾਂਗੇ। ਅੰਬਾਲੇ ਤੋਂ ਦੂਜੇ ਡਿਪੂ ਤੋਂ ਬੰਦੇ ਮੰਗਾਏ ਨੇ, ਕਹਿੰਦੇ ਜੀ ਇਹਨਾਂ ਨੂੰ ਜ਼ਬਰਦਸਤੀ ਅੰਦਰ ਲੈ ਕੇ ਆਉਂਦੇ ਨੇ, ਸਾਡੇ ਸਾਨੂੰ ਮਾਰਨ ਦੀਆਂ ਧਮਕੀਆਂ ਵੀ ਦੇ ਚੁੱਕੇ ਨੇ ਲਾਸਟ। ਇਹ ਆਪਣੇ ਜਿਹੜੇ RLM ਸਾਹਿਬ ਨੇ ਤੇ ਨਾਲੇ ਮੈਨੂੰ RLM ਸ਼ਲਿੰਦਰ ਸਿੰਘ, AT ਸਰ, ਮਤਲਬ ਅਸ਼ੀਸ਼ ਤਿਵਾੜੀ ਮੈਨੇਜਰ ਆ, ਪ੍ਰਕਾਸ਼ OM, ਉਹ ਇਹ ਕਹਿੰਦੇ ਨੇ ਵੀ ਤੁਸੀਂ ਕੰਮ ਕਰਨਾ ਕਰੋ, ਨਹੀਂ ਤੁਹਾਨੂੰ ਹਟਾਇਆ ਜਾਊਗਾ। ਪਹਿਲਾਂ ਐਂ ਦੱਸੋ, ਅਸੀਂ 8-8 ਸਾਲ ਤੋਂ ਬੰਦੇ 18-18 ਸਾਲ ਤੋਂ ਉਰੇ ਕੰਮ ਕਰ ਰਹੇ ਨੇ, ਉਹ ਆਪਣੇ ਬੱਚਿਆਂ ਨੂੰ ਕਿੱਥੋਂ ਪਾਲਣਗੇ? ਕਿਉਂ ਵਾਰ ਵਾਰ ਧੱਕਾ ਹੋ ਰਿਹਾ? ਅਸੀਂ ਬੰਦੇ ਤਕਰੀਬਨ 150-126 ਦਾ ਸਟਾਫ ਆ ਜੀ, ਜੋ ਕਿ ਪਹਿਲਾਂ ਇਹਨਾਂ ਨੇ ਬੰਦੇ ਕਈ ਹਟਾ ਦਿੱਤੇ ਸੀ, ਪਰ ਸਾਨੂੰ ਹੁਣ ਇਹ ਕਦਮ ਚੱਕਣਾ ਪਿਆ, ਕਿਉਂਕਿ ਹੁਣ ਸਾਡੇ ਗੱਲ 'ਤੇ ਇਹ ਤਲਵਾਰ ਰੱਖੀ ਬੈਠੇ ਨੇ। ਇਹਨਾਂ ਦਾ ਮਕਸਦ ਆ ਵੀ ਸਾਨੂੰ ਹਟਾਇਆ ਜਾਵੇ, ਆਪਣੇ ਬੰਦੇ ਲੈ ਕੇ ਆਉਣਗੇ ਜੀ, ਆਪਣੀਆਂ ਮੰਗ ਧੱਕੇ ਨਾਲ ਮਨਾਉਂਦੇ ਨੇ ਸਾਤੋਂ, ਕਹਿੰਦੇ ਨੇ ਜੀ ਅਸੀਂ ਤੁਹਾਤੋਂ ਘੱਟ ਤਨਖਾਹ 'ਚ ਕੰਮ ਕਰਾਵਾਂਗੇ, ਤੁਹਾਨੂੰ ਹਟਾ ਦਾਂਗੇ, ਸਾਤੋਂ ਨਹੀਂ ਇਹ ਚੀਜ਼ਾਂ ਜਿਰੀਆਂ ਜਾਣੀਆਂ ਜੀ। ਅਸੀਂ ਵੀ ਬੱਚਿਆਂ ਵਾਲੇ, ਅਸੀਂ ਆਪਣੇ ਬੱਚੇ ਪਾਲਣੇ, ਠੀਕ ਆ ਜੀ, ਸਾਤੋਂ ਨਹੀਂ ਜਿਰੀਆਂ ਜਾਣੀਆਂ, ਤਾਂ ਅਸੀਂ ਮਜਬੂਰ ਹੋ ਕੇ
ਅਸੀਂ ਇੱਥੇ ਗੇਟ ਦੇ ਉੱਤੇ ਸ਼ਾਂਤੀਪੂਰਵਕ ਬਿਲਕੁਲ ਆਰਾਮ ਨਾਲ ਧਰਨਾ ਲਾਇਆ, ਬਟ ਇਹਨਾਂ ਨੇ ਫਿਰ ਵੀ ਉੱਪਰ ਜੀ ਸਾਡੇ 'ਤੇ ਪੁਲਿਸ ਲੈ ਕੇ ਆਏ ਨੇ, ਸਾਨੂੰ ਧਮਕਾ ਰਹੇ ਨੇ। ਇਸ ਤੋਂ ਪਹਿਲਾਂ 21 ਤਰੀਕ ਨੂੰ 21 ਅਪ੍ਰੈਲ ਨੂੰ ਇੱਥੇ ਜੌਨ ਮੈਥਿਊ ਸਾਹਿਬ ਆਏ ਸੀਗੇ ਜੋ ਕਿ ਹੈੱਡ ਨੇ, ਅਸੀਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੂੰ ਅਸੀਂ ਮੌਕਾ ਦਿੱਤਾ ਵੀ ਸਰ ਕੋਈ ਗੱਲ ਨਹੀਂ ਤੁਸੀਂ ਹਲੇ ਇਹ ਗੱਲ 'ਤੇ ਡਿਸਕਸ਼ਨ ਕਰ ਲਓ। ਉਸ ਤੋਂ ਬਾਅਦ ਸਰ ਅੱਜ ਇੱਕ RLM ਸਾਹਿਬ ਕੱਲ੍ਹ ਦੇ ਆਏ ਹੋਏ ਨੇ, ਕੱਲ੍ਹ ਦੇ ਇਕੱਲੇ ਇਕੱਲੇ ਬੰਦੇ ਨੂੰ ਬੁਲਾ ਕੇ ਧਮਕੀਆਂ ਦੇ ਰਹੇ ਨੇ। RLM ਸ਼ਲਿੰਦਰ ਸਿੰਘ ਉਹ ਹੈੱਡ ਨੇ ਕੰਪਨੀ ਦੇ ਜੀ, ਉਹ ਸਾਨੂੰ ਇਕੱਲੇ ਇਕੱਲੇ ਨੂੰ ਬੁਲਾ ਕੇ ਧਮਕੀਆਂ ਦੇ ਰਹੇ ਨੇ, ਲੈਣਾ ਲਵੋ ਨਹੀਂ ਤੁਹਾਨੂੰ ਹਟਾਇਆ ਜਾਊਗਾ। ਜਸਵਿੰਦਰ ਸਿੰਘ ਹੈ ਜੀ, ਇੱਥੇ ਮੈਂ ਟਰਾਂਸਪੋਰਟ ਪਲਾਨਰ ਦੀ ਮੇਰੀ ਪੋਸਟ ਹੈ ਅਤੇ ਮੈਂ 18 ਸਾਲ ਤੋਂ ਜੋਬ ਕਰ ਰਿਹਾ ਅਤੇ ਮੈਨੂੰ ਬਸ ਅਸੀਂ 15-16 ਹਜ਼ਾਰ ਰੁਪਏ ਸੈਲਰੀ ਮਿਲਦੀ ਹੈ, ਕੰਮ ਪੂਰੇ ਪ੍ਰੈਸ਼ਰ 'ਚ ਕਰਾਇਆ ਜਾਂਦਾ ਜੀ, ਅਤੇ ਜੇ ਨਹੀਂ ਕਰਦੇ ਤਾਂ ਇਹ ਕਹਿੰਦੇ ਨੇ ਜੀ ਤੁਹਾਡੀ ਪੋਸਟ 'ਤੇ ਬੰਦਾ ਹੋਰ ਬਿਠਾ ਦਾਂਗੇ, ਤੁਸੀਂ ਦੂਜੀ ਪੋਸਟ 'ਤੇ ਕੰਮ ਕਰੋ, ਤਾਂ ਕਿ ਦੂਜੀ ਪੋਸਟ ਦਾ ਕੰਮ ਕੋਈ ਇੱਕੋ ਲਖਤਾ ਸਿੱਖਦਾ ਨਹੀਂ ਹੁੰਦਾ, ਵੀ ਇਹ ਬੰਦਾ ਉਹ ਪੋਸਟ 'ਤੇ ਕੰਮ ਨਹੀਂ ਕਰੂਗਾ ਤਾਂ ਆਪਣੇ ਆਪੇ ਹਟ ਕੇ ਚਲੇ ਜਾਊਗਾ ਜੀ। ਸਵੇਰੇ ਮੈਨੂੰ ਅੱਜ ਇਹਨਾਂ ਨੇ ਬੁਲਾਇਆ ਜੀ, ਕਹਿੰਦੇ ਵੀ ਤੂੰ ਤੈਨੂੰ ਦੂਜੀ ਪੋਸਟ 'ਤੇ ਕੰਮ ਕਰਨਾ ਹੀ ਪੈਣਾ, ਕਰੇਗਾ ਤਾਂ ਠੀਕ ਆ, ਨਹੀਂ ਕਰੇਗਾ ਤਾਂ ਠੀਕ ਹੈ, ਕਿਉਂਕਿ ਦੇਖੋ ਜੀ ਹੁਣ ਆਪਣਾ ਤਾਂ ਪਰਿਵਾਰ ਇੱਥੋਂ ਹੀ ਚੱਲਦਾ ਅਤੇ ਕੋਈ 15 ਹਜ਼ਾਰ ਰੁਪਏ 18 ਸਾਲਾਂ 'ਚ ਕੋਈ ਜ਼ਿਆਦਾ ਤਨਖਾਹ ਨਹੀਂ ਗੀ, ਉਹਦੇ ਵਿੱਚੋਂ ਵੀ ਕੁਛ ਕਟੌਤੀ ਹੋ ਜਾਂਦੀ ਹੈ, ਬਾਕੀ ਇਹਨਾਂ ਦੀਆਂ ਹਰ ਇੱਕ ਵਾਰ ਜਦੋਂ ਵੀ ਆਉਂਦੇ ਨੇ ਹਰ ਇੱਕ ਵਾਰ ਧਮਕੀ ਦਿੰਦੇ ਨੇ, ਕਦੇ ਸਾਡੇ ਕਿਸੇ ਸਰਦਾਰ ਭਾਈ ਨੂੰ ਕਹਿੰਦੇ ਨੇ, ਪਿਛਲੀ ਵਾਰ ਗੱਲ ਹੋਈ ਹੈ ਉਹਨੇ ਕਿਹਾ ਉਹਨੂੰ ਗਾਲ ਕੱਢ ਕੇ ਸਾਡਾ RLM ਜਿਹੜਾ ਸ਼ਲਿੰਦਰ ਹੈ ਉਰੇ ਆਉਂਦਾ, ਉਹਨੇ ਉਹਨੂੰ ਗਾਲ ਕੱਢੀ ਸੀ, ਉਹ ਕਹਿੰਦਾ ਗਾਲ ਕਿਉਂ ਕੱਢਦੇ ਹੋ, ਉਹ ਇਹਨੂੰ ਕਹਿੰਦਾ ਤੇਰੀ ਪੱਗ ਲਾ ਕੇ ਮਾਰੂੰਗਾ ਮੈਂ। ਅਸੀਂ ਇਹ ਜਾਤੀ ਸਹਿਣੀ ਨਹੀਂ ਜੀ, ਚਲੋ ਅਸੀਂ ਇੱਕ ਮੀਡੀਆ ਸਾਡੇ ਗਰੀਬ ਵਰਗ ਦੇ ਪੱਖ ਲਈ ਬਹੁਤ ਵਧੀਆ ਉੱਠਿਆ ਹੋਇਆ, ਸਾਡੀ ਤਾਂ ਮਤਲਬ ਤੁਹਾਡੇ ਤੱਕ ਪਹੁੰਚ ਹੈ, ਇੱਥੇ ਗੁੰਡਾਗਰਦੀ ਬਹੁਤ ਹੋ ਰਹੀ ਹੈ, ਅਸੀਂ ਤੁਹਾਡੇ ਅੱਗੇ ਮਤਲਬ ਬੇਨਤੀ ਕਰਦੇ ਹਾਂ ਸਾਨੂੰ ਸਾਡਾ ਪਣ ਦਾ ਹੱਕ ਦਵਾਇਆ ਜਾਵੇ। ਸਰ ਇਸ ਪਰ ਕੋਈ ਧਮਕੀ ਨਹੀਂ ਦੀ ਜਾ ਰਹੀ ਹੈ, ਜੋ ਕੰਪਨੀ ਪੇ ਦੇਤੀ ਹੈ ਵੋ ਪੰਜਾਬ ਗਵਰਨਮੈਂਟ ਕਾ ਜੋ ਮਿਨੀਮਮ ਵੇਜਸ ਹੈ ਉਸਸੇ ਵੀ ਜ਼ਿਆਦਾ ਦੇਤੀ ਹੈ, ਪਰ ਕੋਈ ਮੰਗੇਗਾ 10 ਹਜ਼ਾਰ ਕੀ ਜਗ੍ਹਾ ਮੇਰੇ ਕੋ 50 ਹਜ਼ਾਰ ਦੇ ਦਿਓ, ਉਤਨਾ ਕੰਪਨੀ ਕਾ ਬਜਟ ਨਹੀਂ ਹੋਗਾ ਤੋ ਕੰਪਨੀ ਨਹੀਂ ਦੇ ਸਕਤੀ ਹੈ। ਕੰਪਨੀ ਆਲਰੇਡੀ ਰਿਕੁਐਸਟਿੰਗ ਕਿ ਆਪ ਆਪਣਾ ਕੰਮ ਪੇ ਆਈ ਹੈ, ਜੋ ਕੰਪਨੀ ਐਨੁਅਲ ਹਾਈਕ ਦੇ ਰਹੀ ਹੈ ਵੋ ਹਾਈਕ ਦੇਗੀ ਉਸਕੋ ਐਕਸੈਪਟ ਕਰੀਏ, ਜੋ ਈਅਰਲੀ ਹਾਈਕ ਕੰਪਨੀ ਨੇ ਅਪਰੂਵ ਕੀਆ ਹੈ ਵੋ ਹਮ ਆਗੇ ਪਾਸ ਔਨ ਕਰ ਰਹੇ ਹੈਂ। ਕਿਉਂਕਿ ਹਮ ਕਾਮ ਸਟੋਪ ਨਹੀਂ ਕਰ ਸਕਤੇ ਨਾ, ਕਾਮ ਤੋ ਹਮੇ ਕਰਨਾ ਹੈ, ਹਮ ਪਹਿਲੇ ਆਪਣੇ ਆਦਮੀ ਸੇ ਹੀ ਰਿਕੁਐਸਟ ਕਰ ਰਹੇ ਹੈ ਉਸ ਪੈਸੇ ਕਿ ਆਪ ਕਾਮ ਕਰੀਏ, ਜਦ ਵੋ ਕਾਮ ਨਹੀਂ ਕਰੇਂਗੇ ਤੋ ਹਮ ਆਪਣਾ ਕਾਮ ਬੰਦ ਨਹੀਂ ਕਰ ਸਕਤੇ ਨਾ। ਪੁਲਿਸ ਬੁਲਾਨੇ ਕਿ ਪੁਲਿਸ ਕੋ ਹਮਨੇ ਕੋਈ ਵਾਇਲੇਸ਼ਨ ਨਹੀਂ ਹੋ, ਕੋਈ ਮਤਲਬ ਮਾਰਪੀਟ ਨਹੀਂ ਹੋ, ਵਾਇਲੈਂਸ ਨਹੀਂ ਹੋ, ਇਸ ਲਈ ਇਨਫੋਰਮ ਕੀਆ ਹੈ, ਹਮਨੇ ਬੁਲਾਇਆ ਨਹੀਂ। ਉਸਕੀ ਕਾ ਪੁਲਿਸ ਨੇ ਕੀ ਕਾਰਵਾਈ ਕੀ, ਉਸਨੇ ਕੀ ਕਾਰਵਾਈ ਕੀ, ਕੁਝ ਨਹੀਂ, ਸਾਈਟ ਵਿਜ਼ਿਟ ਕੀਆ ਕਿਤਨੀ ਤਨਖਾਹ ਦੇ ਰਹੇ ਹੋ ਪੰਜਾਬ ਗਵਰਨਮੈਂਟ ਕਾ ਜੋ ਮਿਨੀਮਮ ਵੇਜਸ ਹੈ ਉਸਸੇ ਜ਼ਿਆਦਾ ਦੇ ਰਹੇ ਹੋ। ਕਿਤਨੀ ਹੈ ਫਿਰ, ਕਿਤਨੀ ਆਪ, ਆਪਕੋ ਪਤਾ ਹੋਗਾ ਪੰਜਾਬ ਗਵਰਨਮੈਂਟ ਕਾ ਮਿਨੀਮਮ ਵੇਜਸ ਕਿਆ ਹੈ, ਆਪ ਪਤਾ ਕਰ ਲੀਜੀਏ ਗਵਰਨਮੈਂਟ ਮੈਂ। ਆਪ ਕਿਤਨੀ ਦੇ ਰਹੇ, ਅਰੇ ਮੈਂ ਸਰ ਵਹੀ ਕਹਿ ਰਹਾ ਹੂੰ, ਪੰਜਾਬ ਗਵਰਨਮੈਂਟ ਕਾ ਜੋ ਮਿਨੀਮਮ ਵੇਜਸ ਹੈ ਉਸਸੇ ਹਮ ਜ਼ਿਆਦਾ ਦੇ ਰਹੇ ਹੈ। ਸਰਕਾਰ ਮੈਂ HR ਕਾ ਨਹੀਂ ਹੂੰ ਬੰਦਾ ਹੂੰ, ਜੋ ਗਵਰਨਮੈਂਟ ਨੇ ਫਿਕਸ ਕੀਆ ਹੈ ਪੰਜਾਬ ਕੇ ਲੀਏ ਮਿਨੀਮਮ ਵੇਜਸ ਹਮ ਉਸਸੇ ਜ਼ਿਆਦਾ ਦੇ ਰਹੇ ਹੈ। ਠੀਕ ਹੈ, ਪੇ ਹੋ ਜਾ ਪ੍ਰਾਈਵੇਟ ਗਵਰਨਮੈਂਟ ਪੇਰੋਲ ਪੇ।
और ठेके पे हैं उनको भी हम उसी के अकॉर्डिंग दे रहे हैं जो मिनिमम वेजेस है। ये आपका मिनिमम वेजेस, मेरे का एग्जैक्ट फिगर नहीं पता है ना सर। आपका सर औहदा क्या है? मैनेजर हूँ मैं। मैनेजर हूँ, आप मैनेजर हो, आपको पता होना चाहिए कितनी सैलरी है। अरे सर मैनेजर यहाँ पे 10 डिपार्टमेंट है, ह्यूमन रिसोर्स डिपार्टमेंट, एचआरडी डिपार्टमेंट होता है। मिनिमम वेजेस से ज्यादा दे रहे हैं सर। कितनी दे रहे हैं? मिनिमम वेजेस क्या है आपको पता है? टोटल हमें नहीं मालूम, मैं भी नहीं मालूम टोटल कितनी कंपनी है। अरे आपकी, मैं सर यहाँ पे मैनेजमेंट देखता हूँ, एचआर के लिए एचआर डिपार्टमेंट है, वो आपको जवाब देगा। टोटल कितने एम्प्लॉइज हैं यहाँ? यहाँ पे 100 आदमी है। लेबर के सभी ऑन रोल? ऑन रोल जो 100 एम्प्लॉइज हैं। टोटल लेबर कितनी है काम करती? लेबर तो वर्क के अकॉर्डिंग आती है। आप कॉन्ट्रैक्ट पे मंगवाते हो? ऑफरऑल ऑन रोल दोनों है सर। दोनों है। टोटल लेबर कितनी होगी? लेबर वर्क के अकॉर्डिंग होती है, जितना काम होगा उतनी आएगी। जब काम फुल होता है तब कितनी होती है? 80-90 लेबर होती है। डिपो वाले ने कंप्लेंट की साढ़े को लिखती ते इन्हां दे कोई लेबर का डिस्प्यूट है, लेबर का जां सुपरवाइजर जो लेबर तो उपर है मुलाजम उन्होंने तो यह नहीं पता मैंने हजे तक की है। मैं हाले आया ही हूँ, पता लगू पुछण ते की गल पता। सानू यार दस ही कोई गल नहीं, अंदर जाके मिले हूँ, सानू अंदर बुलाया से अमरेज साहब मिले उन्हें दसिया भी आ प्रॉब्लम है, फिर बी उन्होंने गल करते हैं कि इन्होंने की प्रॉब्लम। अच्छा सर एक गेट से है जी एंट्री का है, गेट से एंट्री करते हैं, उत्थे तुम एंट्री की आके उधर की बड़े जो भी बातें हैं वो सीनियर लोग आ रहे हैं, कल आप मिल के बात कर लीजिए। हम अभी कुछ भी बात नहीं कर पाए, कोई भी बात अभी हमें कुछ भी नहीं बता पाऊंगा आपको। नाम क्या है? नाम अशोक है मेरा, अशोक कुमार। आप क्या हो? ठीक है, एचआर देखता हूँ, एचआर एग्जीक्यूटिव। ठीक है, मैनेजर देते हैं, एचआर देंगे, एचआर वाले बताएंगे क्या है कितना स्टाफ। हाँ, जो वो आ रहे हैं वो कल बता देंगे आपको, कल बता देंगे। ठीक है, हमें जैसे बोला मुझे वहाँ चलना है। हमने कहाँ पे लगे हो आप? अंबाला डिपो में। अंबाला आपकी ड्यूटी कहाँ पे है? गोडाउन में। यहाँ पे? नहीं यहाँ पे नहीं, अंबाला डिपो है हमारा, लीन फॉक्स है जो हमारे सीनियर वो लेके। क्या नाम है उसका? अच्छा सीनियर हमारे जो एचआर हैं वो सारे हैं, उन्होंने बोला जैसे विकास चौहान अंबाला टीपू से। क्या क्या करने हैं? क्या करने हैं? काम करने हैं। काम किसने बुलाया? किसने बुलाया? आपने बुलाया? मेरे को नहीं पता जी, मेरे को तो यहाँ पे गाड़ी।